ਸਵਾਦ ਮਾਣਦੇ ਆ ਦਰਸ਼ਕ ਵੀਰ ਅੱਜ ਐਨ ਸਵਾਦ ਲੈਂਦੇ ਆ ਲਓ ਦਰਸ਼ਕੋ ਇੱਕ ਤਾੜੀ ਬਾਬਾ ਪ੍ਰਾਣਾ ਸਾਹਿਬ ਨਾਲ ਤੇ ਜ਼ੋਰਦਾਰ ਮਾਰ ਦਿਓ ਬੋਲੋ ਸੋ ਰਹਾਲ ਸਤਿ ਸ੍ਰੀ ਅਕਾਲ ਐ ਵੀ ਅੱਜ ਜਹਾਜ਼ ਨਾ ਹੋਈ ਜਾਣਾ ਤੇਰੀ ਕਬੱਡੀ ਪੈਣੀ ਹੈ ਤੇ ਲੈ ਵੀ ਉਧਰ ਦਿਲਪ੍ਰੀਤ ਤੇ ਲਵਪ੍ਰੀਤ ਕਾਕੇ ਦੇ ਦੋਨੋਂ ਪੁੱਤਾਂ ਦੇ ਮੈਚਾਂ ਦਾ ਆਨੰਦ ਮਾਣ ਰਹੇ ਆ ਵਾਹ ਜੀ ਵਾਹ ਬਹੁਤ ਧੰਨਵਾਦ ਹੈ ਰਾਜਪ੍ਰੀਤ ਤੇ ਲਵਪ੍ਰੀਤ ਕਾਕੇ ਕੰਮਿਆਣੀਆਂ ਦੇ ਦੋਨੋਂ ਸਪੁੱਤਰ ਜਿਹੜੇ ਮੈਚ ਦੇਖ ਰਹੇ ਆ ਉਧਰ ਤੇਜੀ ਤਜਿੰਦਰ ਸਿੰਘ ਤੇਜੀ ਉਹ ਵੀ ਮੇਰੇ ਵੀਰੋ ਉਹਦਾ ਜਿਹੜਾ ਬੂਟੇ ਭੀਖੀ ਦਾ ਬੱਚਾ ਅੱਜ ਮੈਚ ਦੇਖ ਰਿਹਾ ਪਰ ਇੱਕ ਪਾਸੇ ਮਾਨਕ ਹੈ ਇਹ ਅਕਲੀਏ ਵਾਲਾ ਮਾਨਕ ਕਬੱਡੀ ਦੇ ਮੈਦਾਨ ਦੇ ਵਿੱਚ ਇਸ ਵੇਲੇ ਸੰਦੀਪ ਦੀ ਕਬੱਡੀ ਉੱਤੇ ਗੁੱਟ ਫੜਿਆ ਮਾਰ ਦਿਓ ਤਾੜੀ ਮੇਰੇ ਵੀਰੋ ਖੜ ਵਹਿੰਦੇ ਲੋਕੀ ਸਾਂ ਜੱਟ ਨੂੰ ਇੱਕ ਆਪਣੇ ਤੂਫਾਨ ਜੱਟ ਨੂੰ ਇੱਕ ਕਹਿੰਦੇ ਇਹ ਮਾਨਕ ਆ ਤੇ ਇੱਕ ਮਾਨਕ ਜਿਹਨੇ ਕਲੀਆਂ ਗਾਈਆਂ ਕਿ ਲੈ ਕੇ ਕਲਗੀ ਆਪਣਾ ਦਿੱਤਾ ਚਰਨੀ ਸੀਸ ਨਿਭਾ ਬੰਦਾ ਸਿੰਘ ਬਹਾਦਰ ਬਣ ਗਿਆ ਤੇ ਗਿਆ ਨੂਰ ਅੱਖਾਂ ਵਿੱਚ ਆ ਉਹਦੇ ਫਰ ਫਰ ਡੌਲੇ ਫਰਕ ਦੇ ਤੇ ਗਿਆ ਨੂਰ ਅੱਖਾਂ ਵਿੱਚ ਆ ਇਧਰਲੇ ਪਾਸੇ ਪੁਆਇੰਟ ਇਸ ਗੱਭਰੂ ਨੇ ਆਪਣੀ ਟੀਮ ਦੇ ਲਈ ਜੋੜਿਆ ਅਗਲੀ ਕਬੱਡੀ ਜੋਗੇ ਵਾਲਾ ਉਧਰ ਸਾਡਾ ਭਰਾ ਮਨਦੀਪ ਕੈਨੇਡਾ 365 ਦੌੜ ਗਾਉਂਦੇ ਜੁੜਿਆ ਹੈ ਉਹਦੇ ਡੈਡੀ ਬਣੀਓ 500 ਰੁਪਏ ਅਕਲੀ ਦੀ ਟੀਮ ਦੇ ਵਾਸਤੇ ਭੇਜਿਆ ਬਹੁਤ ਬਹੁਤ ਧੰਨਵਾਦ ਹੈ ਮਨਦੀਪ ਕੈਨੇਡਾ ਵਾਲਾ 500 ਰੁਪਏ ਭੇਜਦਾ ਲੈ ਵੀ ਮਨਦੀਪ ਤੇਰਾ ਧੰਨਵਾਦ ਹੈ ਮੇਰੇ ਵੱਲੋਂ ਵਿਸ਼ੇਸ਼ ਤੌਰ ਤੇ ਲਾ ਇੱਕ ਪਾਸੇ ਕਹਿੰਦੇ ਲਾਭੇ ਦੀ ਕਬੱਡੀ ਹੈ ਲਾਭਾ ਕਹਿੰਦੇ ਇਸ ਸਮੇਂ ਜੋਗੇ ਪਿੰਡ ਦਾ ਕਬੱਡੀ ਪਾ ਰਿਹਾ ਤੇ ਵੇਖ ਵੀ ਤਾਜੋ ਵਾਲੇ ਇੱਕ ਤੇਰੇ ਪਿੰਡ ਦਾ ਤੇ ਆ ਕਹਿੰਦੇ ਮਾਨਕ ਏ ਮਾਨਕ 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 ਅਰਜਨ ਵਰਗਾ ਨੀ ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ ਲੈ ਵੀ ਸਿੰਪੂ ਸ਼ਰਮੇ ਅੱਜ ਮੁਬਾਰਕਬਾਦ ਆ ਸੋਨੂੰ ਅੱਜ ਲੋਕ ਖੁਸ਼ ਹੈ ਅੱਜ ਗੋਲਡੀ ਉਨੀ ਲੱਦੜ ਉਨੀ ਸਾਰੇ ਵੀਰਾਂ ਨੂੰ ਮੱਦੀ ਉਹਨਾਂ ਨੂੰ ਮੁਬਾਰਕਬਾਦ ਹੈ ਵੀ ਜਦੋਂ ਲੋਕ ਖੁਸ਼ ਹੁੰਦੇ ਆ ਨਾ ਰੱਬ ਖੁਸ਼ ਹੋਣ ਵਾਲੀ ਗੱਲ ਹੁੰਦੀ ਹੈ ਪਰ ਇਧਰਲੇ ਪਾਸੇ ਮੇਰੇ ਵੀਰਿਓ ਹਰਦੀਪ ਹਰਬੰਸ ਸਿੰਘ ਗਿੱਲ ਦਾ ਸਪੁੱਤਰ ਹਰਬੰਸ ਸਿੰਘ ਸਿੱਧੂ ਦਾ ਸਪੁੱਤਰ ਕਬੱਡੀ ਪਾ ਗਿਆ ਤੇ ਪੁਆਇੰਟ ਉਸ ਗੱਭਰੂ ਦੇ ਲਈ ਜੁੜ ਚੁੱਕਿਆ ਤੇ ਹਰਮਨ ਦੀ ਕਬੱਡੀ ਹੈ ਜੋਗੇ ਵਾਲੇ ਦੀ ਮੇਰੀ ਵੀਰ ਗੋਲਡੀ ਨੇ ਤਕੜੀ ਕਬੱਡੀ ਖੇਡੀ ਹੈ ਤੇ ਗੱਲ ਕਹਿੰਦੇ ਵੀ ਅੱਜ ਸੋਢੇ ਖਿਡਾਰੀਆਂ ਦੀ ਹੋ ਰਹੀ ਹੈ ਤੇ ਬਿੱਲਾ ਬਿੱਲਾ ਤੇ ਕਹਿੰਦੇ ਹਰਮਨ ਨੇ ਉਂਗਲ ਖੜੀ ਕੀਤੀ ਹੈ ਕਿ ਸਿੱਟ ਕੇ ਬਗਾਨਾ ਪੁੱਤ ਮਾਰਿਆ ਹੁੰਦਾ ਜਿਵੇਂ ਮੱਖਣ ਚ ਬਾਲ ਨੀ ਚੰਗਾ ਮੁੱਲ ਸਾਡਾ ਹੀਰੀਏ ਮੱਝੀਆਂ ਚਰਾ ਕੇ 12 ਸਾਲ ਨੀ ਚੰਗਾ ਮੁੱਲ ਪਾ ਸਾਡਾ ਹੀਰੀਏ ਮੱਝੀਆਂ ਚਰਾ ਕੇ 12 ਸਾਲ ਨੀ ਕਬੱਡੀ ਦੇ ਮੈਦਾਨ ਦੇ ਵਿੱਚ ਪਾਈ ਹੋਈ ਰੇਡ ਦੇ ਉੱਤੇ ਕਹਿੰਦੇ ਪੱਪੂ ਕਬੱਡੀ ਪਾ ਰਿਹਾ ਵਾਹ ਨਜ਼ਾਰਾ ਵੱਖਰਾ ਅੱਜ ਕਹਿੰਦੇ ਵੱਡਾ ਧੰਨਵਾਦ ਆ ਸਾਡੇ ਵੀਰ ਉਧਰ ਸੁਖਾਨੰਦ ਮੈਡੀਕਲ ਵਾਲੇ ਤੇ ਜਿਨ੍ਹਾਂ ਨੇ ਵੱਡੀਆਂ ਸੇਵਾਵਾਂ ਦਿੱਤੀਆਂ ਰਜਿੰਦਰ ਮੈਡੀਕਲ ਵਾਲੇ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਇਧਰ ਲਾਭੇ ਦੀ ਕਬੱਡੀ ਜਗਵੀਰ ਸਿੰਘ ਜੀ ਜੋਗਾ ਵੱਡਾ ਨਾਂ ਕਹਿੰਦੇ ਪੰਜਾਬ ਦੀ ਸਿਆਸਤ ਦੇ ਵਿੱਚ ਹੈ ਉਹਨਾਂ ਦੇ ਪਿੰਡ ਦਾ ਇਹ ਹੈ ਕਹਿੰਦੇ ਲਾਭਾ ਇੱਕ ਪਾਸੇ ਅਕਲੀਏ ਦਾ ਮਾਨਕ ਇਸ ਵੇਲੇ ਪੂਰੀ ਟਰਾਈ ਕਰਦਾ ਸਤਿ ਸ੍ਰੀ ਅਕਾਲ ਵਧੀਆ ਲੱਗਦੇ ਕਲਰ ਕਰੋ 1000 ਰੁਪਿਆ ਹੋਰ ਸ਼ੈਂਪੂ ਪ੍ਰਧਾਨ ਤੇ ਲੈ ਵੀ ਗੋਲਡੀ ਖੁਸ਼ ਹੋ ਲੈ ਵੀ ਗੋਲਡੀ ਖੁਸ਼ ਹੋ ਅੱਜ ਤੇ ਮੇਲਾ ਮੁੱਛਿਆ ਪੂਰਾ ਅੱਤ ਹੋ ਗਿਆ ਤੇ ਤੁਹਾਨੂੰ ਮੁਬਾਰਕਬਾਦ ਹੈ ਸਾਰੇ ਵੀਰਾਂ ਨੂੰ ਤੇ ਅੱਜ ਕਹਿੰਦੇ ਸਿਰੇ ਦਾ ਮੇਲਾ ਹੈ ਚੱਲ ਓਏ ਨੌਜਵਾਨਾ ਪਾ ਕਬੱਡੀ ਹਰਦੀਪ ਅਕਲੀਏ ਵਾਲਾ ਕਬੱਡੀ ਪਾ ਰਿਹਾ ਤੇ ਦੂਜੇ ਪਾਸੇ ਬੱਬੂ ਜੋਗੀ ਵਾਲਾ ਕੁਛ ਕਰਦਾ ਬਾਸ ਕਹਿੰਦੇ ਰੇਡਰ ਦਾ ਤੇ ਚੱਲ ਓਏ ਹਰਮਨ ਪਾ ਕਬੱਡੀ ਤੇ ਗੱਲ ਸੇਖੇ ਵਾਲੇ ਯਾਰ ਨੇ ਕਰਨੀ ਹੈ ਇਧਰ ਕਹਿੰਦੇ ਹਰਮਨ ਦੀ ਕਬੱਡੀ ਪਾ ਚੁੱਕੀ ਹੈ ਇੱਕ ਹਰਜੀਤ ਹਰਮਨ ਹੋਇਆ ਪਰ ਹੁਣ ਜੱਫਾ ਕੌਣ ਲਾਵੇਗਾ ਮਾਨਕ ਦੀਪਾ ਜਾਂ ਬਿੱਲਾ ਮੇਰੇ ਉਹ ਗੱਲ ਵੱਖਰੀ ਆਉਣੀ ਹੈ ਆ ਬਿੱਲਾ ਅਕਲੀਏ ਵਾਲਾ ਉਸ ਵੇਲੇ ਕਬੱਡੀ ਦੇ ਮੈਦਾਨ ਦੇ ਵਿੱਚ ਟਰਾਈ ਕਰਦਾ ਧੰਨਵਾਦ ਹੈ ਸਾਡੇ ਵੀਰ ਬਣੀਓ ਕਿਸੇ ਦਰਸ਼ਕ ਵੀਰ ਬਣੀਓ 100 ਰੁਪਏ ਅਕਲੀ ਦੀ ਟੀਮ ਦੇ ਵਾਸਤੇ ਪੁੱਜਿਆ ਧੰਨਵਾਦ ਹੈ ਵੀਰ ਦਾ ਨਾਂ ਤੇ ਨਹੀਂ ਪਤਾ ਤੇ ਸਾਰੇ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਅਕਲੀ ਦੀ ਟੀਮ ਦੇ ਵਾਸਤੇ ਵੱਡਾ ਮਾਣ ਕੀਤਾ ਗੌਤਦਾਨ ਕਰ ਦਿਓ ਗੌਤਦਾਨ 100 ਰੁਪਏ ਪੁੱਜਿਆ ਕੰਤੀ ਵੀਰ ਨੂੰ ਫੜਾਇਆ ਧੰਨਵਾਦ ਹੈ ਉਧਰ ਸ਼ਿਪੂ ਸ਼ਰਮੇ ਬਣੀਓ 1000 ਰੁਪਏ ਲਾਭੇ ਦੇ ਵਾਸਤੇ ਹੈ
ਤੇ ਮੈਚ ਪੂਰੇ ਸਿਰੇ ਤੇ ਖੇਡੇ ਨਾਲ ਸਾਡਾ ਵੀਰ ਕੁਲਵਿੰਦਰ ਤੇ ਸ਼ਿੰਪੂ ਪੱਪੂ ਕਹਿੰਦੇ ਫੇਰ ਕੋਸ਼ਿਸ਼ ਕਰਦਾ ਹੈ ਬਾਹ ਸੁਣ ਲੈ ਵੀ ਸੇਖੇ ਵਾਲਿਆ ਦੋਨੋਂ ਖਿਡਾਰੀਆਂ ਦਾ ਨਾਂ ਪੱਪੂ ਇੱਕ ਕਬੱਡੀ ਪਾ ਕੇ ਗਿਆ ਕਿ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਇਧਰਲੇ ਪਾਸੇ ਕਹਿੰਦੇ ਸੰਦੀਪ ਜੋਗੇ ਵਾਲੇ ਦੀ ਕਬੱਡੀ ਪੈ ਚੁੱਕੀ ਹੈ ਤੇ ਪਿਆਰ ਦੇ ਨਾਲ ਜਹਾਜ਼ ਆਖਦੇ ਮੁੰਡੇ ਸੰਦੀਪ ਨੂੰ ਕਹਿੰਦੇ ਜਹਾਜ਼ ਵੀ ਆਖਿਆ ਜਾਂਦਾ ਹੈ ਬਾਹ ਸੁਣਿਆ ਉਧਰਲੇ ਪਾਸੇ ਐਲਾਨ ਕੀਤਾ ਸਾਡੇ ਵੀਰ ਅੰਪਾਇਰ ਨੇ ਵੀ ਪੁਆਇੰਟ ਇਸ ਵੇਲੇ ਮੇਰੇ ਵੀਰੇ ਜਾਫੀ ਦੇ ਲਈ ਜਾ ਜੁੜਿਆ ਪੁਆਇੰਟ ਇਸ ਵੇਲੇ ਅਗਲੀਆਂ ਦੀ ਟੀਮ ਦੇ ਲਈ ਜੁੜ ਚੁੱਕਿਆ ਹੈ ਚੱਲ ਵੀ ਗੱਭਰੂਆ ਪਾ ਫਿਰ ਅਗਲੀ ਕਬੱਡੀ ਲੈ ਵੀ ਅਗਲੀ ਕਬੱਡੀ ਇਸ ਵੇਲੇ ਅਗਲੀਆ ਹਾਂਜੀ ਉਧਰ ਕੁਲਵਿੰਦਰ ਆਲਖ ਬਣੀਓ ਵੀਰ ਸਾਡੇ ਵੀਰ ਸੁਖਵਿੰਦਰ ਬਣੀਓ ਇੱਕ ਹਜ਼ਾਰ ਰੁਪਇਆ ਸਾਡੇ ਅਗਲੀ ਜੋਗੇ ਦੀ ਟੀਮ ਦੇ ਵਾਸਤੇ ਪੁੱਜਿਆ ਫੈਸਲਾ ਠੋਕ ਵਜਾ ਕੇ ਕਰਨਾ ਇਹ ਕਹਿੰਦੇ ਕਹਾਂਗੇ ਫਰੀਦਕੋਟ ਉਧਰ ਮੁੰਡੇ ਨੇ ਅੰਕਲ ਵਾਹ ਸੁਣ ਵੀ ਪੁਆਇੰਟ ਲੈ ਵੀ ਜਿਹੜੇ ਜਿਹੜੇ ਜੋਗੇ ਵਾਲੇ ਖੜੇ ਆ ਜੋਗੇ ਦੀ ਟੀਮ ਦੇ ਨਾਂ ਤੇ ਮਾਰਨਗੇ ਤੇ ਜਿਹੜੇ ਜਿਹੜੇ ਅਕਲੀ ਵਾਲੇ ਖੜੇ ਆ ਉਹ ਅਕਲੀ ਦੀ ਟੀਮ ਦੇ ਨਾਂ ਤਾੜੀ ਮਾਰਨਗੇ ਵਾਹ ਜੀ ਵਾਹ ਵਾਹ ਸੁਣਿਆ ਸਵਾਦ ਹੈ ਅਕਲੀ ਦਾ ਸਾਰਾ ਪਿੰਡ ਪੁੱਜ ਆਇਆ ਉਨੀ ਦੂਰੀ ਜੋਗਾ ਪਿੰਡ ਆ ਤੇ ਉਨੀ ਦੂਰੀ ਅਕਲੀ ਪਿੰਡ ਹੈ ਤੇ ਨਾਂ ਦੋਨੋਂ ਨਗਰਾਂ ਦਾ ਮਸ਼ਹੂਰ ਹੈ ਤੇ ਹਰਮਨ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਬਿੱਲਾ ਬਿੱਲਾ ਵਾਹ ਓਏ ਹਰਮਨਾ ਐਨ ਕਹਿੰਦੇ ਨੱਚਦਾ ਜਿਵੇਂ ਖਰਾਜੀ ਨੱਚਦਾ ਹੁੰਦਾ ਸੀ ਕਦੇ ਧੁੰਮ ਸੀ ਉਸ ਨੌਜਵਾਨ ਦੀ ਮੇਰੇ ਵੀਰੇ ਇਹਨਾਂ ਖੇਡ ਮੈਦਾਨਾਂ ਚ ਸਾਡੇ ਵੀਰ ਲਾਦੀ ਲੱਦੜ ਬਣੀਓ ਇੱਕ ਹਜ਼ਾਰ ਰੁਪਇਆ ਜੋਗੇ ਦੀ ਟੀਮ ਦੇ ਵਾਸਤੇ ਹੈ ਤੇ ਉਧਰ ਸਾਡਾ ਭਰਾ ਸ਼ਿਪੂ ਸ਼ਰਮਾ ਕਹਿੰਦਾ ਵੀ 500 ਰੁਪਇਆ ਹਰਮਨ ਦੇ ਵਾਸਤੇ ਹੈ ਬਹੁਤ ਬਹੁਤ ਧੰਨਵਾਦ ਹੈ ਨਾਲ ਮੈਚ ਨਜ਼ਾਰਾ ਲੈਂਦੇ ਆ ਤੇ ਆ ਵੇਖਾਂਗੇ ਹਰਦੀਪ ਕਬੱਡੀ ਪਾ ਰਿਹਾ ਇੱਧਰ ਕਹਿੰਦੇ ਹਰਦੀਪ ਦੀ ਕਬੱਡੀ ਇਸ ਵੇਲੇ ਮੈਦਾਨ ਦੇ ਵਿੱਚ ਪੈ ਚੁੱਕੀ ਹੈ ਰਵਿੰਦਰ ਪ੍ਰਧਾਨ ਬਣੀ ਇੱਕ ਹਜ਼ਾਰ ਰੁਪਇਆ ਜੋਗੇ ਦੀ ਟੀਮ ਦੇ ਵਾਸਤੇ ਹੈ ਵਾਹ ਤੇ ਕਹਿੰਦੇ ਮੁੰਡੇ ਨੇ ਅੰਦਰ ਖੜੀ ਕੀਤੀ ਹੈ ਲੈ ਵੀ ਤਾੜੀਆਂ ਮਾਰ ਦਿਓ ਮੇਰੇ ਵੀਰਿਓ ਇੱਕ ਲੜਕਰਾ ਬਾਹ ਸੋਹਣਾ ਮੈਚ ਇਸ ਵੇਲੇ ਚੱਲਿਆ ਜਿੱਤ ਹਾਰ ਬਣੀ ਆਈ ਹੈ ਜਗਤਾਰ ਸਿੰਘ ਜੀ ਦਿਓਲ ਵੱਲੋਂ ਲਾਭੇ ਵਾਸਤੇ ਤੇ ਹਰਮਨ ਵਾਸਤੇ 100 ਰੁਪਏ ਮੇਰੇ ਕੋਲ ਪਹੁੰਚ ਚੁੱਕਿਆ ਲਓ ਵੀ ਜੋਗਿਆਂ ਨੇ ਤੇ ਅਕਲੀ ਵਾਲਿਓ ਆਪਣੀਆਂ ਟੀਮਾਂ ਫਾਈਨਲ ਜਿੱਤੀਆਂ ਦੋਨੋਂ ਤਾੜੀ ਸਾਂਝੀ ਮਾਰ ਦਿਓ ਮੇਰੇ ਵੀਰ ਇੱਕ ਗੱਲ ਹੋਰ ਹੈ ਜਗਦੀਪ ਬਾਈ ਜੋਗੇ ਵਾਲਿਆਂ ਨੇ ਜਿਹੜੀ 70 ਕਿਲੋ ਦੇ ਵਿੱਚ ਨਵੇਂ ਮੁੰਡੇ ਉੱਠੇ ਆ ਪਰ ਅਕਲੀਆ ਦੀ ਟੀਮ ਦੀ ਜਿਹੜੀ ਪੂਰੀ ਨੰਬਰੀ ਟੀਮ ਆ ਇਹਦੇ ਨਾਲ ਜਿਹੜਾ ਪੂਰਾ ਚੁਣੌਤੀਦਾਰ ਟੱਕਰ ਲੈਤੀ ਹੈ ਇੱਕ ਵਾਰੀ ਦੋਨੋਂ ਟੀਮਾਂ ਦੇ ਨਾਂ ਤੇ ਤਾੜੀ ਮਾਰ ਦਿਓ ਇਹ ਭਰਾ ਨੇ ਸਾਰੇ ਖਿਡਾਰੀਆਂ ਦਾ ਯਾਰਾਂ ਦੇ ਵਿੱਚ ਆਪਣੇ ਵਿੱਚ ਬੜਾ ਪਿਆਰ ਹੈ ਜੋਗੇ ਦੀ ਟੀਮ ਦਾ ਲਾਭਾ ਪੱਪੂ ਤੇ ਲਾਭਾ ਜੋਗੇ ਦੀ ਟੀਮ ਦੇ ਆਪਣੇ ਪੈਸੇ ਲੈ ਜਾ ਲੈ ਵੀ ਕਾਂਤੀ ਬਾਈ ਆ ਜਾਓ ਕਾਂਤੀ ਤੇ ਨਾਲ ਸਾਡਾ ਵੀਰ ਕਿ ਜਿੱਥੇ ਗਰੀਬ ਸੜਕਾਂ ਤੇ ਸੁੱਤੇ ਨੇ ਕਾਰਾਂ ਵਿੱਚ ਘੁੰਮਦੇ ਕੁੱਤੇ ਨੇ ਜਿੱਥੇ ਮਜ਼ਦੂਰ ਦੇ ਬੱਚੇ ਭੁੱਖੇ ਨੇ ਜਿਸ ਦੇਸ਼ ਦੇ ਲੀਡਰ ਲੁੱਟੇ ਨੇ ਜਿੱਥੇ ਬਰਾਤਕਾਰੀ ਸਾਧ ਆਪਣੇ ਆਪ ਨੂੰ ਕਹਾਉਂਦੇ ਸੁੱਚੇ ਨੇ ਇਹ ਯਾਰੋ ਗੱਲ ਸੱਚੀ ਮੈਂ ਆਖੀ ਹਾਂ ਮੈਂ ਉਸ ਦੇਸ਼ ਦਾ ਵਾਸੀ ਹਾਂ ਯਾਰੋ ਮੈਂ ਉਸ ਦੇਸ਼ ਦਾ ਵਾਸੀ ਹਾਂ ਜਿੱਥੇ ਔਰਤ ਕੁੱਟਦੀ ਰੋੜੀ ਹੈ ਜਿੱਥੇ ਪੜ੍ਹਿਆ ਲਿਖਿਆ ਦੀ ਬੇਰੁਜ਼ਗਾਰੀ ਨੇ ਧੌਣ ਮਰੋੜੀ ਹੈ ਇਹ ਯਾਰੋ ਗੱਲ ਸੱਚੀ ਮੈਂ ਆਖੀ ਹਾਂ ਮੈਂ ਉਸ ਦੇਸ਼ ਦਾ ਵਾਸੀ ਹਾਂ ਯਾਰੋ ਮੈਂ ਉਸ ਦੇਸ਼ ਦਾ ਵਾਸੀ ਹਾਂ ਹੁਣ ਦੋਨੋਂ ਟੀਮਾਂ ਕਬੱਡੀ ਓਪਨ ਦੇ ਫਾਈਨਲ ਦੀਆਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਆਉਣਗੀਆਂ ਕਬੱਡੀ ਓਪਨ ਦੇ ਫਾਈਨਲ ਦੀਆਂ ਦੋਨੋਂ ਟੀਮਾਂ ਤੇ ਬਾਈ ਮੇਵਾ ਖਾਰਾ ਜੀ ਦਾਸ ਨਿੰਮਾ ਸੇਖਾ ਬੋਲਦਿਆਂ ਤੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੁੰਦੀਆਂ ਅਣਜਾਣ ਸਮਝ ਕੇ ਮਾਫ਼ ਕਰ ਦਿਓ ਕਿਉਂਕਿ ਮੇਰੇ ਵੀਰੇ ਮੇਵਾ ਖਾਰਾ ਉਹਨਾਂ ਦੀ ਧੁੰਮ ਹੈ ਪੰਜਾਬ ਦੇ ਮੈਦਾਨਾਂ ਦੇ ਵਿੱਚ ਗੁਰਪਿਆਰ ਅਤਲਾ ਤੇ ਤਾਜੋ ਵਾਲਾ ਕਾਂਤੀ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਹੈ ਜਗਦੀਪ ਜੋਗੇ ਵਾਲਾ ਸਾਡਾ ਜ਼ਿੰਦਗੀ ਦੀ ਬੜੀ ਰਿਸਪੈਕਟਡ ਸ਼ਖਸੀਅਤ ਹੈ ਉਸ ਵੀਰ ਦੇ ਵੀ ਅੱਜ ਜਿਹੜੇ ਦਿਲ ਦੇ ਵਿੱਚ ਤਮੰਨਾ ਸੀ ਬਾਈ ਜਗਦੀਪ ਉਹਨਾਂ ਨਾਲ ਕਿਤੇ ਵਿਚਾਰ ਵਟਾਂਦਰੇ ਕਰੀਏ
ਹਾਂਜੀ ਹੈਲੋ ਲੈ ਵੀ ਖਾਰੇ ਵਾਲਿਆ ਦਰਸ਼ਕ ਵੀਰਾਂ ਦੀ ਫਰਮਾਇਸ਼ ਹੈ ਤੂੰ ਗਾਣਾ ਜ਼ਰੂਰ ਸੁਣਾ ਦੇ ਟਰੈਕਟਰਾਂ ਵਾਲਾ ਬੇਨਤੀ ਹੈ ਉਧਰ ਸਾਡਾ ਭਰਾ ਡਾਕਟਰ ਰਾਜਾ ਪੁੱਜਿਆ ਹੋਇਆ ਨਾਲ ਗੋਰਾ ਸੀਓ ਦਾ ਤੇ ਬਿੱਕਾ ਧਾਲੀ ਵਾਲ ਪੁੱਜਿਆ ਹੋਇਆ ਨਾਲ ਬਲੌਰ ਹੈ ਤੇ ਸਾਡਾ ਭਰਾ ਕਾਲਾ ਧਾਲੀ ਵਾਲ ਪੁੱਜਿਆ ਹੋਇਆ ਤੇ ਸਾਰਿਆਂ ਦਾ ਧੰਨਵਾਦ ਇੱਧਰ ਸੀਓ ਵੀ ਪੁੱਜਿਆ ਹੋਇਆ ਤੇ ਨਾਲ ਮੀਆਂ ਪੁੱਜਿਆ ਹੋਇਆ ਧੰਨਵਾਦ ਹੈ ਤੇ ਨਾਲ ਸਾਡਾ ਭਰਾ ਚੰਨਨ ਮੰਡੀਲਾ ਬਾਈ ਜੀ ਕੇਵਲ ਐਮ ਸੀ ਦਾ ਧੰਨਵਾਦ ਹੈ ਉਧਰ ਬਾਈ ਸਾਡਾ ਵੀਰ ਗੋਪੀ ਮਾਖਾ ਦੇ ਸਲਵਾਨ ਪੁਲਸੀਆ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਬਾਈ ਸਿੰਪੂ ਤਕਰੀਬਨ 70 ਦਾ ਫਾਈਨਲ ਹੋ ਜਾਏਗਾ ਕੱਲ ਨੂੰ ਬਾਈ ਚੌਂਕ ਕੋਲੇ ਖੋਖਰ ਹੈ 65 ਕਿਲੋ ਨਰੋਲ ਸਾਈਕਲ ਦਿੱਤੇ ਜਾਣਗੇ 80 ਕਿਲੋ ਦੇ ਦੋ ਬਾਰੋ ਬੈਸਟ ਰੇਡਰ ਦੇ ਜਾਫੀ ਨੂੰ ਸਤਿਕਾਰ ਉਧਰ ਸਾਡੇ ਵੀਰ ਬਾਈ ਕੇਵਲ ਜੀ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਸਾਡੇ ਲਈ ਜਿਹੜਾ ਵੱਡੇ ਮਾਣ ਸਨਮਾਨ ਆਇਆ 500 ਰੁਪਏ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰੇ ਤੇ ਮੇਵਾ ਲਈ ਸਾਡਾ ਯਾਰ ਆ ਕਿਉਂਕਿ ਜਿੱਥੇ ਵੀ ਮਿਲਦਾ ਬੜਾ ਪਿਆਰ ਕਰਦਾ ਬਾਈ ਕੇਵਲ ਐਮ ਸੀ ਓ ਦਾ ਵੀ ਧੰਨਵਾਦ ਮੱਦੀ ਇਹ ਤੋਂ ਬਾਅਦ ਫਾਈਨਲ ਮੈਚ ਆਪਣਾ ਮੈਂ ਬੇਨਤੀ ਕਰਦਾ ਐਂ ਕਰ ਮੇਵੇ ਟੀਮਾਂ ਨੂੰ ਸੱਦ ਦੇ ਤੂੰ ਆਪਦਾ ਟਰੈਕਟਰਾਂ ਵਾਲਾ ਪ੍ਰੋਗਰਾਮ ਸੁਣਾ ਦੇ ਠੀਕ ਹੈ ਨਾ ਉਧਰ ਕੇਵਲ ਐਮ ਸੀ ਲੰਘੇ ਪੈਰੀ ਫਿਰਦੇ ਆ ਗਰਾਊਂਡ ਜਿੱਥੋਂ ਪਤਾ ਲੱਗਦਾ ਵੀ ਤਨੋ ਮਨੋ ਸੇਵਾ ਕਰਦੇ ਆ ਮੇਰੇ ਤੇ ਕਾਂਤੀ ਦੇ ਲਈ ਬਹੁਤ ਸਾਰਾ ਮਾਣ ਮੇਰੇ ਵੀਰੋ 500 ਰੁਪਏ ਭੇਜ ਕੇ ਗਿਆ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਕਾਂਤੀ ਦੇ ਨਾਲ ਗੁੱਡ ਜਾਰੀ ਹੈ ਨਾਲ ਹੀ ਬਾਈ ਜੀ ਹੁਣ ਮੈਂ ਬੇਨਤੀ ਕਰਦਾ ਵੀ ਦੋਵੇਂ ਟੀਮਾਂ ਗਰਾਊਂਡ 'ਚ ਆ ਜਾਓ ਕਿਉਂਕਿ ਆਹ ਜਿਹੜੇ ਬਾਹਰ ਦਰਸ਼ ਖੜੇ ਹੈ ਇਹ ਇੱਕ ਲੱਤ ਦੇ ਖੜੇ ਆ ਵਿਚਾਰੇ ਹਨੇਰਾ ਵੀ ਹੋਈ ਜਾਂਦਾ ਹੈ ਅਤੇ ਲਾਸਟ ਮੈਚ ਰਹਿ ਗਿਆ ਆਪਣੇ ਕੋਲੇ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਓ ਜੀ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਜਲਦੀ ਪਹੁੰਚ ਜਾਣ ਜੋ ਮੈਚ ਹੋਵੇਗਾ ਜੋਧਪੁਰ ਚੀਮਾ ਵਰਸੇ ਬਾਦਰਾ ਮੇਰੇ ਵੀਰੋ ਦੋਵੇਂ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਜਲਦੀ ਪਹੁੰਚ ਜਾਣ ਇੱਧਰ ਸਾਡਾ ਵੀ ਗੋਪੀ ਨੂਪਗੜ ਮਾਖੇ ਵਾਲਾ ਵੀ ਪੁੱਜ ਗਿਆ ਹੈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੇਵਿਆ ਤੇ ਉੱਥੇ ਸਾਡਾ ਭਰਾ ਜੱਸੀ ਘੁਨਸਾ ਵਾਲਾ ਪੁੱਜਿਆ ਹੋਇਆ ਮਾਫੀ ਚਾਹੁੰਦਾ ਹੈ ਅਲਮੀਨੀਅਮ ਵਾਲਾ ਬਾਈ ਜੱਸੀ ਘੁਨਸਾ ਵਾਲਾ ਪੁੱਜਿਆ ਹੋਇਆ ਤੇ ਵੈਸੇ ਤੇ ਵੀਰ ਦੀ ਬਹੁਤ ਚੱਲਦੀ ਹੈ ਸਾਡਾ ਯਾਰ ਹੈ ਤੇ ਘੁਨਸਾ ਨੂੰ ਵੀ ਫੋਨ ਸਲਮਾਨ ਪੁਲਸੀਏ ਵੱਲੋਂ ਤੇ ਗੋਪੀ ਕਬੱਡੀ ਖਿਡਾਰੀ ਨੂਪਗੜ ਮਾਖੇ ਵਾਲੇ ਵੱਲੋਂ ਕਹਿੰਦਾ ਵੀ ਨਰਵੈਰ ਕੋਨੀ ਦੀ ਪਹਿਲੀ ਕਬੱਡੀ ਤੇ 200 ਲਾ ਦਿਓ ਕੋਈ ਗੱਲ ਨਹੀਂ ਬਾਈ ਜੀ ਟੀਮ ਆ ਜਾਣ ਦੋ ਹਾਂਜੀ ਇੱਧਰ ਸਿੱਪੂ ਸੈਪੂ ਸਾਡਾ ਬਾਈ ਕਹਿੰਦਾ ਟਰੈਕਟਰ ਵਾਲਾ ਸ਼ਹਿਰ ਸੁਣਾ ਦਿਓ ਬਾਈ ਟੀਮਾਂ ਵੀ ਜਲਦੀ ਆ ਜਾਣ ਟੀਮਾਂ ਆਉਂਦੀਆਂ ਜੀ ਦੋ ਮਿੰਟਾਂ ਦੇ ਵਿੱਚ ਮੈਚ ਕਰਾਵਾਂਗੇ ਆਪਾਂ ਇੱਧਰ ਸਾਡੇ ਕਾਂਤੀ ਜੀ ਫਰਮਾਇਸ਼ ਕਰਦੇ ਆ ਸਾਰੇ ਮੇਰੇ ਭਰਾ ਤੁਸੀਂ ਮੈਂ ਤੁਹਾਡੇ ਚਰਨਾਂ ਦੀ ਧੂੜ ਆ ਪਹਿਲਾਂ ਥੋੜ੍ਹਾ ਜਿਹਾ ਸਮਾਂ ਕਬੱਡੀ ਖੇਡੀ ਆ ਹੁਣ ਪਰਮਾਤਮਾ ਨੇ ਬੋਲਣ ਦਾ ਬਲ ਬਖਸ਼ਿਆ ਅਤਲੇ ਵਾਲਿਆ ਜਿਹੜੇ ਬਾਹਰ ਖੜੇ ਇਹਨਾਂ ਤੋਂ ਬਿਨਾਂ ਆਪਾਂ ਕੁਛ ਨਹੀਂ ਕਰ ਸਕਦੇ ਇਹਨਾਂ ਦੇ ਨਾਲ ਕਬੱਡੀ ਇੱਕ ਵਾਰੀ ਸਾਰੇ ਦਰਸ਼ਕ ਭਰਾ ਆਪਣੇ ਲਾਉਂਦੇ ਤਾੜੀ ਮਾਰ ਦਿਓ ਸਾਰੇ ਬਹੁਤ ਬਹੁਤ ਧੰਨਵਾਦ ਜੀ ਇਹ ਤਾਂ ਥੜਬੇ ਵਾਲਾ ਦਾ ਲਾਸਟ ਚੱਕਰ 8 ਕੁ ਕੈਲੰਡਰ ਰਹਿ ਗਏ 20 ਰੁਪਈਆਂ ਜਿਹਨੇ ਲੈਣਾ ਲੈ ਸਕਦੇ ਹੋ ਸਟਾਰ ਖਿਡਾਰੀਆਂ ਦੀ ਤਸਵੀਰ ਹੈ ਮੈਂ ਤੁਹਾਨੂੰ ਟਰੈਕਟਰਾਂ ਬਾਰੇ ਸ਼ਹਿਰ ਸੁਣਾਊਂਗਾ ਵੀ ਕਿਹੜੇ ਟਰੈਕਟਰ 'ਚ ਕਿੰਨੀ ਕੁ ਤਾਕਤ ਹੈ ਕਿਹੜੇ 'ਚ ਕਿੰਨਾ ਜ਼ੋਰ ਹੈ ਜੇ ਤੁਹਾਨੂੰ ਬਾਈ ਜੀ ਮੇਰਾ ਸ਼ਹਿਰ ਵਧੀਆ ਲੱਗਿਆ ਤਾੜੀ ਤੁਸੀਂ ਬਾਅਦ 'ਚ ਮਾਰ ਲਿਓ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਕਹਿੰਦੇ ਜੱਟਾਂ ਦਾ ਹਮਰ ਸੋਨਾ ਲੀਕਾ ਨੀਲੇ ਰੰਗ ਦਾ ਉਹ ਜੱਟਾਂ ਦਾ ਹਮਰ ਸੋਨਾ ਲੀਕਾ ਨੀਲੇ ਰੰਗ ਦਾ ਨਾਟ ਗਿਆਰਾ ਕੋਲ ਦੀ ਸਫਾਰੀ ਵਾਂਗੂ ਲੰਘਦਾ ਜ਼ੋਰ ਜ਼ਾਰ ਲਾਉਣੋ ਕਦੇ ਐਸਰ ਨਹੀਂ ਸੰਗਦਾ ਮਾੜੀ ਮੋਟੀ ਖੇਤੀ 'ਚ ਸਕਾਟ ਵੀ ਨਹੀਂ ਹਮਦਾ ਫੋੜ ਨੂੰ ਬਣਾਤਾ ਹੀਰੋ ਯਾਰੋ ਉਹਦੀ ਭਾਜ ਨੇ ਜੱਟਾਂ ਦੇ ਟਰੈਕਟਰ ਤਾਂ ਜੱਟਾਂ ਦੇ ਜਹਾਜ਼ ਨੇ ਜੱਟਾਂ ਦੇ ਟਰੈਕਟਰ ਤਾਂ ਜੱਟਾਂ ਦੇ ਜਹਾਜ਼ ਨੇ ਐਂਟਰ ਵੀ ਡੀ ਆਈ ਤੇਲ ਘੱਟ ਖਾਂਦਾ ਏ ਸੁਪਰ ਤਾਂ ਜਿੰਨਾ ਖਾਂਦਾ ਓਨਾ ਜ਼ੋਰ ਲਾਉਂਦਾ ਏ ਹਾਲਣ ਹਲਾਂ ਦੀ ਲਵਾ ਕੇ ਮੰਜੀ ਵਾਹੁੰਦਾ ਏ ਏਕ ਮਚਮਾਨ ਨੇ ਸਟੈਂਡਰ ਲਿਆਂਦਾ ਏ ਬੱਲੇ ਬੱਲੇ ਕਿਰਵਾਲੀ ਬੜੀ ਸਵਰਾਜ ਨੇ ਜੱਟਾਂ ਦੇ ਟਰੈਕਟਰ ਤਾਂ ਜੱਟਾਂ ਦੇ ਜਹਾਜ਼ ਨੇ ਜੱਟਾਂ ਦੇ ਟਰੈਕਟਰ ਤਾਂ ਜੱਟਾਂ ਦੇ ਜਹਾਜ਼ ਨੇ ਅਰਜਨ ਦੀ ਸਾਈਡ ਕਹਿੰਦੇ ਗੇਰਾਂ ਵਾਲੀ ਮੌਜਾ ਜੌਂੜੀ ਅਰਦਾ ਵੀ ਯਾਰ ਆਪਣਾ ਹੀ ਰੋਬ ਆ ਨਿਊ ਏ ਸੀ ਤੇ ਪ੍ਰੀਤ ਨਾਮ ਆ ਗਿਆ ਥੋੜੀ ਥਾਂ ਤੇ ਮੁੜੇ ਤਾਈਓ ਮੇਸ਼ੀ ਯਾਰੋ ਛਾ ਗਿਆ ਲੋਕਾਂ 'ਚ ਬਣਾਤੀ ਟਾਵਰ 60 ਦੀ ਆਵਾਜ਼ ਨੇ ਜੱਟਾਂ ਦੇ ਟਰੈਕਟਰ ਤਾਂ ਜੱਟਾਂ ਦੇ ਜਹਾਜ਼ ਨੇ ਜੱਟਾਂ ਦੇ ਟਰੈਕਟਰ ਤਾਂ ਜੱਟਾਂ ਦੇ ਜਹਾਜ਼ ਨੇ ਰੂਸੀਆ ਦੀ ਕਾਂਡ ਪਾਈ ਲਾਰਸ ਗਵਾਲ ਦਾ ਜੜਦਾ ਗੀਤਾਂ 'ਚ ਕੋਕੇ ਜੀਤ ਹੈ ਜਲਾਲ ਦਾ ਡੀ ਟੀ 'ਚ ਆਉਂਦਾ ਆਪਣੀ ਜਗ੍ਹਾ ਤੇ ਪਹਿਲਵਾਨ ਸੀ
ਸੁਣਿਆ ਕਲਾਸਕਰ ਦੀ ਵੀ ਬੜੀ ਸ਼ਾਨ ਸੀ ਆਸ਼ੇ ਦਾ ਮੁਕਾਬਲਾ ਸੀ ਕੀਤਾ ਸਤਰਾਜ ਨੇ ਜੱਟਾਂ ਦੇ ਟਰੈਕਟਰ ਤਾਂ ਜੱਟਾਂ ਦੇ ਜਹਾਜ਼ ਨੇ ਜੱਟਾਂ ਦੇ ਟਰੈਕਟਰ ਤਾਂ ਜੱਟਾਂ ਦੇ ਜਹਾਜ਼ ਨੇ ਜੇ ਗੱਲ ਵਧੀਆ ਲੱਗੀ ਤਾਂ ਠੋਕ ਕੇ ਤਾੜੀ ਮਾਰ ਦਿਓ ਬਹੁਤ ਬਹੁਤ ਧੰਨਵਾਦ ਜੀ ਹੈਲੋ ਵਿੱਕੀ ਪੁੰਨਾਵਾਲ ਤੇ ਬਿੰਦਰ ਬਨਬੌਰਾ ਜੀ ਉੱਧਰ ਨੈਟ ਦੇ ਉੱਪਰ ਜੁੜੇ ਨੇ ਇੱਧਰ ਸਾਡੇ ਇਹ ਸ਼ਹਿਰ ਤੋਂ ਖੁਸ਼ ਹੋ ਕੇ ਸਾਡੇ ਲਾਭ ਸਿੰਘ ਜੀ ਹਰੀ ਕਾ ਪੱਤੀ ਵਾਲੇ ਬਹੁਤ ਬਹੁਤ ਧੰਨਵਾਦ ਮੇਰਾ ਮਾਣ ਕਰਦੇ ਨੇ ਜੀ ਬਹੁਤ ਬਹੁਤ ਧੰਨਵਾਦ ਉੱਧਰ ਸਾਡਾ ਭਰਾ ਅਵਤਾਰ ਸਿੰਘ ਹੱਡੀ ਉਹ ਵੀ 365 ਡਾਟਕਾਮ ਦੇ ਨਾਲ ਜੁੜਿਆ ਹੋਇਆ ਅਵਤਾਰ ਹੱਡੀ ਸਾਡਾ ਭਰਾ ਉਹਦਾ ਵੀ ਧੰਨਵਾਦ ਹੈ ਤੇ ਲੈ ਵੀ ਜੱਸੀ ਖੁਸ਼ ਹੈ ਬਹੁਤ ਸਾਰਾ ਮਾਣ ਸਨਮਾਨ ਕੀਤਾ ਜੀ ਮਨਦੀਪ ਗੋਲਡੀ ਤੂੰ ਕਿਹੜਾ ਕਹਿੰਦਾ ਸੀ ਬਾਈ ਸ਼ੇਰ ਇੱਧਰ ਪਿੱਥੋ ਵਾਲਾ ਸੁਖਸੀਰ ਸਿੰਘ ਸੀਰਾ ਲੈ ਵੀ 365 ਡਾਲਿਓ ਆਹ ਫੋਟੋ ਨੈਟ ਤੇ ਜ਼ਰੂਰ ਪਾ ਦਿਓ ਆ ਜਾ ਵੀ ਮਨਦੀਪ ਗੋਲਡੀ ਖੜ ਜਾ ਨੈਟ ਤੇ ਪਾਉਣਗੇ 365 ਡਾਲੇ ਫੋਟੋ ਖੜ ਜਾਓ ਨਾਲ ਬਾਈ ਸਾਰੇ ਲੈ ਵੀ ਪ੍ਰਦੀਪ ਸ਼ੇਲਵਰਾ ਤੇ ਹੈਪੀ 365.com ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ 365 ਵਾਲਿਆਂ ਦੇ ਨਾਂ ਤੇ ਤਾੜੀ ਮਾਰ ਦਿਓ ਅੱਜ ਪੂਰੇ ਵਰਲਡ ਦੇ ਵਿੱਚ ਇਸ ਕਬੱਡੀ ਕੱਪ ਨੂੰ ਵਿਖਾਇਆ ਜਾ ਰਿਹਾ ਹੈ ਅੱਜ ਵਹਿਜਾ ਵਹਿਜਾ ਹੋ ਗਿਆ ਇਸ ਕਬੱਡੀ ਕੱਪ ਦੀ ਮੇਰੇ ਵੀਰਿਓ ਇਹ ਛੋਟਾ ਜਿਹਾ ਬੱਚਾ ਅਮਨਦੀਪ ਗੋਲਡੀ ਦਾ ਬੇਟਾ ਹੈ ਸੀਰਾ ਪਿੱਥੋ ਦੇ ਨਾਲ ਉਹਦੀ ਫੋਟੋ ਖਿਚਵਾਈ ਜਾ ਰਹੀ ਹੈ ਮਾਨਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਚੀਮਾ ਜੋਧਪੁਰ ਦੀ ਟੀਮ ਮੈਦਾਨ ਦੇ ਵਿੱਚ ਪਹੁੰਚੇ ਜੀ ਚੀਮਾ ਜੋਧਪੁਰ ਲਓ ਜੀ ਇੱਧਰ ਬਦਰੇ ਦੀ ਟੀਮ ਜਿਹੜੀ ਗਰਾਊਂਡ 'ਚ ਇੱਕ ਕਾਲੇ ਦੀ ਫਰਮਾਇਸ਼ ਆ ਗਈ ਪਤਲੇ ਵਾਲਿਆ ਕਹਿੰਦਾ ਛੇਤੀ ਛੇਤੀ ਵਾਲਾ ਸੁਣਾ ਦੇ ਤੇ ਗੋਲਡੀ ਕਹਿੰਦਾ ਪਊਆ ਸੁਣਾ ਦੇ ਜਿਨ੍ਹਾਂ ਨੇ ਪਊਆ ਸੁਣਨਾ ਉਹ ਤਾੜੀ ਮਾਰ ਕੇ ਦੱਸ ਦਿਓ ਬਾਈ ਬਹੁਤ ਬਹੁਤ ਧੰਨਵਾਦ ਤੇ ਟੀਮ ਬੁਲਾਲਾ ਕਿਰਪਿਆਰ ਪਹਿਲਾਂ ਗਰਾਊਂਡ 'ਚ ਚੀਮਾ ਜੋਧਪੁਰ ਜਲਦੀ ਆ ਜਾਏ ਜੀ ਫਾਈਨਲ 55,000 ਤੇ 31,000 ਦੇ ਪ੍ਰਾਈਜ਼ ਬੈਸਟਾਂ ਨੂੰ ਐਲਈਡੀਆਂ ਚੀਮਾ ਜੋਧਪੁਰ ਦੀ ਟੀਮ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪਹੁੰਚੇ ਚੀਮਾ ਜੋਧਪੁਰ ਤੇ ਬਦਰਾ ਕਬੱਡੀ ਓਪਨ ਦਾ ਫਾਈਨਲ ਲੈ ਵੀ ਮੇਵਿਆ ਜਿਹੜੀ ਗੱਲ ਕਰਨੀ ਹੈ ਜਲਦੀ ਪੂਰੀ ਕਰ ਦੇ ਫਾਈਨਲ ਕੇਬਲ ਐਮਸੀ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਨੇ ਬਹੁਤ ਸਾਰਾ ਮਾਣ ਸਾਡੇ ਲਈ ਭੇਜਦੇ ਨੇ ਕੇਬਲ ਭਾਊ ਦੇ ਨਾਲ ਕਹਿੰਦੇ ਗੁੱਡ ਜਾਰੀ ਹੈ ਕੇਬਲ ਵੀ ਕਹਿੰਦੇ ਮੇਰੇ ਪਿੰਡ ਵਾਲਾ ਸਟਾਰ ਰਿਹਾ ਹੈ ਤੇ ਉੱਧਰ ਸਾਡੇ ਲਾਭ ਸਿੰਘ ਜੀ ਪਿੱਥੋ ਵਾਲੇ ਸਿਰੇ ਦੇ ਨਾਲ ਸੀਪਾ ਸ਼ਰਮਾ ਜੀ ਆਪਣੀਆਂ ਫੋਟੋਆਂ ਖਿਚਵਾਉਂਦੇ ਹੋਏ ਸੈਂਪੂ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਕਰਾਦੇ ਬਾਈ ਮੈਂ ਸ਼ੁਰੂ ਜੋਧਪੁਰ ਚੀਮਿਆਂ ਵਾਲਾ ਫੌਜੀ ਆਪਣੀ ਟੀਮ ਨੂੰ ਲੈ ਕੇ ਗਰਾਊਂਡ ਦੇ ਵਿੱਚ ਆ ਜਾਏ ਬਾਈ ਜੋਧਪੁਰ ਚੀਮਿਆਂ ਵਾਲਾ ਫੌਜੀ ਟੀਮ ਲੈ ਕੇ ਗਰਾਊਂਡ 'ਚ ਪਹੁੰਚੇ ਬਾਦਰਾ ਬਾਰਸੀ ਜੋਧਪੁਰ ਸਾਹਿਬ ਮੈਚ ਕਰਾ ਦੇ ਸ਼ੁਰੂ ਬੂਟੇ ਭੀਖੀ ਨੂੰ ਬੇਨਤੀ ਹੈ ਵੀ ਬੈਸਟਾਂ ਨੂੰ ਆਪਾਂ ਐਲਸੀਡੀਆਂ ਦੇਣੀਆਂ ਬਾਈ ਜੀ ਚੋਣ ਕਰਨੀ ਹੈ ਬੂਟਾ ਭੀਖੀ ਵਾਲਾ ਕਿਉਂਕਿ ਅੱਜ ਬੂਟੇ ਭੀਖੀ ਦੀ ਸਮੁੱਚੀ ਟੀਮ ਜਿਹੜੀ ਰੈਫਰੀਆਂ ਦੀ ਅੰਪਾਇਰਾਂ ਦੀ ਪੁੱਜੀ ਹੋਈ ਹੈ ਇੱਧਰ ਛੱਤ ਝਨੇੜੀ ਵਾਲਾ ਜੋਧਪੁਰ ਦੀ ਟੀਮ ਫਾਈਨਲ ਖੇਡਣ ਦੇ ਵਾਸਤੇ ਆ ਜਾਏ ਭਿੰਦਰ ਗਿੱਲਾਂ ਵਾਲਾ ਕਸ਼ਮੀਰ ਕਰਾਚੋਂ ਵਾਲਾ ਕਾਕਾ ਕੰਮਿਆਣੀਆਂ ਬੂਟਾ ਭੀਖੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਵੱਡੀਆਂ ਡਿਊਟੀਆਂ ਬੂਟੇ ਦੀਆਂ ਲੱਗੀਆਂ ਕੱਲ ਡੋਗਰ ਦੀਆਂ ਡਿਊਟੀਆਂ ਗੋਬਿੰਦਪੁਰੇ ਲੱਗੀਆਂ ਸੀ ਦੁਨੀਆਂ ਦੇ ਸਟਾਰ ਖੇਡੇ 80 ਕਿਲੋ ਭਾਰ ਦੇ ਵਿੱਚ ਕਹਿੰਦੇ ਵੀ ਬਦਰਾ ਫਸਟ ਤੇ ਰਾਜਗੇ ਦੀ ਟੀਮ ਸੈਕਿੰਡ ਰਹੀ ਹੈ ਅੱਜ ਵੀ ਆਤਲੇ ਵਾਲਿਆ ਬਦਰੇ ਦੀ ਟੀਮ ਜਿਹੜੀ ਫਾਈਨਲ ਦੇ ਵਿੱਚ ਹੈ ਜੋਧਪੁਰ ਚੀਮਾ ਗਰਾਊਂਡ 'ਚ ਪਹੁੰਚੇ ਟੀਮ ਜਿਹੜੀ ਗਰਾਊਂਡ ਦੇ ਵਿੱਚ ਪਹੁੰਚੇ ਗਰਾਊਂਡ ਵੀਰ ਬਣ ਕੇ ਕਲੀਅਰ ਕਰ ਦਿਓ ਚੀਮਾ ਜੋਧਪੁਰ ਗਰਾਊਂਡ ਦੇ ਵਿੱਚ ਆ ਜਾਏ ਜੀ ਕਬੱਡੀ ਓਪਨ ਦਾ ਫਾਈਨਲ ਮੈਚ ਬਦਰਾ ਤੇ ਚੀਮਾ ਜੋਧਪੁਰ ਦੀਆਂ ਟੀਮਾਂ ਦਾ ਖੇਡਿਆ ਜਾ ਰਿਹਾ ਹੈ ਅੱਜ ਦੇ ਦਿਨ ਦਾ ਲਾਸਟ ਮੈਚ ਹੈ ਜਿੰਨੇ ਵੀ ਦਰਸ਼ਕ ਵੀਰ ਖੜੇ ਆ ਸਾਰਿਆਂ ਦਾ ਧੰਨਵਾਦ ਹੈ ਅਤਲੇ ਵਾਲਿਆ ਇੱਧਰ ਜਦੋਂ ਮੈਂ ਗੇੜਾ ਦੇ ਕੇ ਆਇਆ ਸਿਰੇ ਦੀ ਜਦੋਂ ਗੱਲ ਚੱਲੀ ਮਾਵਾ ਬਾਈ ਜੀ ਮੇਰਾ ਗਰਾਊਂਡ ਖਾਲੀ ਕਰਾ ਲਓ ਪਲੀਜ਼ ਜਗਦੀਪ ਜੋਗਾ ਜੀ ਪਿੱਥੋ ਵਾਲਾ ਸਿਰਾ ਉਹ ਖਿਡਾਰੀ ਹੈ ਜਿਹੜਾ ਛੋਟੇ ਛੋਟੇ ਬੱਚਿਆਂ ਨੂੰ ਵੀ ਬਹੁਤ ਪਿਆਰ ਕਰਦਾ ਇਹ ਨੌਜਵਾਨ ਮੇਰੇ ਵੀਰੋ ਇਹਨੂੰ ਕੋਈ ਆਪਣੀ ਖੇਡ ਤੇ ਹੰਕਾਰ ਨਹੀਂ 60 ਮੋਟਰਸਾਈਕਲ ਜਿੱਤੇ ਨੇ ਇੱਕ ਗੱਡੀ ਜਿੱਤੀ ਆ ਤਾੜੀ ਮਾਰ ਦੋ ਪਿੱਥੋ ਵਾਲੇ ਸਿਰੇ ਦੇ ਨਾਂ ਤੇ ਇਹ ਆ ਕਬੱਡੀ ਦਾ ਜੱਟ ਜਾਫੀ ਆਪਣੇ ਏਰੀਆ ਮੇਰੇ ਵੀਰੋ ਫੈਨ ਹੈ ਪਿੱਥੋ ਵਾਲੇ ਸਿਰੇ ਦਾ ਕਿਉਂਕਿ 60 ਮੋਟਰਸਾਈਕਲ ਜਿੱਤਣੇ ਇੱਕ ਅਲਟੋ ਕਾਰ ਜਿੱਤੀ ਬੱਚੋਂ ਨੇ ਸੌਖੀ ਗੱਲ ਨਹੀਂ ਜਗਦੀਪ ਜੀ ਇਹ ਕਹਿਣਾ ਸੌਖਾ ਹੈ ਘਰੇ ਏਜੰਸੀ ਖੋਲੀ ਹੈ ਬਹੁਤ ਬਹੁਤ ਧੰਨਵਾਦ ਸਾਡੇ ਭਰਾ ਦਾ ਅਮਨਦੀਪ ਗੋਲਡੀ ਦੇ ਨਾਲ ਭਾਈਆਂ ਤੋਂ ਬਹੁਤ ਪਿਆਰ ਹੈ
हेलो लो जी दोनों टीम इधर साडा सीपा भाई कहना जो मैं फोन लाया पिथों वाले सिरे भी नौजवाना आप खेडना है क्योंकि एरिया है कहता भाई ने जमा ही नहीं किया कहता भाई जरूर खेडांगे इन्हें कबड्डी के स्टार जेड़िया इतने टीम पहुंच गया है ये मेरे वीर साढ़े अमनदीप गोल्डी ते सैंपू भीर सारे क्लब के सदे ते आई है लो जी हुण ग्राउंड दे विच जोपुर चीमा दी टीम आ जाए भाई जी 10 ते 11 तरीक धन धन बाबा जोगी पीर दे टूरनामेंट दी है जी सारे खेड प्रेमियों नूं ते खिडारी वीरां नूं दस्या जा रहा है कबड्डी ओपन 75 किलो 62 किलो ते 55 किलो कबड्डी दे मैच होणगे धन धन बाबा जोगी पीर दी धरती इधरों साजे मद्दी लतड़ जी गोल्डी सरपंच साहब ने अपने मद्दी लतड़ जी तैनूं पता है भी मैंने सरपंच क्यों कहना ਜਾਂ ਤਾਂ ਸੈਪੂ ਨੂੰ ਪਤਾ ਜਾਂ ਫਿਰ ਗੋਲਡੀ ਨੂੰ ਜਾਂ ਮੈਨੂੰ ਪਤਾ ਹੈ ਇਹ ਸਾਡੇ ਸਰਪੰਚ ਸਾਹਿਬ ਨੇ ਭਾਈ ਮੱਦੀ ਲੱਦੜ ਜੀ ਇਹਨਾਂ ਦਾ ਬੜਾ ਸਹਿਯੋਗ ਹੈ ਬਹੁਤ ਸਾਰਾ ਮਾਣ ਮੇਰੇ ਵਾਸਤੇ ਭੇਜ ਕੇ ਗਏ ਨੇ ਸਾਈਂ ਗੁਲਾਮ ਬਹੁਤ ਬਹੁਤ ਧੰਨਵਾਦ ਜੀ ਮੇਵਾ ਜੀ ਸਾਈਂ ਗੁਲਾਮ ਜੁਗਨੀ ਜੀ ਥੋੜੇ ਸਮੇਂ ਦਰਮਿਆਨ ਹੀ ਪਹੁੰਚ ਰਹੇ ਨੇ ਫਾਈਨਲ ਮੈਚ ਸ਼ੁਰੂ ਕਰਵਾ ਦਿਓ ਬੂਟੇ ਭੀਖੀ ਦਾ ਧੰਨਵਾਦ ਅੱਜ ਦੀ ਤਰੀਕ ਦਾ ਜਿਹੜਾ ਟੂਰਨਾਮੈਂਟ ਬੂਟੇ ਭੀਖੀ ਦੀ ਕਮਾਨ ਦੇ ਵਿੱਚ ਰੈਫਰੀਆਂ ਦਾ ਸਾਰਾ ਗਰੁੱਪ ਪੁੱਜਿਆ ਹੋਇਆ ਹੈ ਗੁਰਜੰਟ ਸਿੰਘ ਜੀ ਤਾਜੋ ਕੇ ਫੋਨ ਅਟੈਂਡ ਕਰ ਲੈਣ ਉਹਨਾਂ ਨੂੰ ਘਰੋਂ ਫੋਨ ਆ ਰਿਹਾ ਹੈ ਇੱਥੇ ਬੈਠਾ ਕੋਈ ਵੀਰ ਮੈਚ ਵੇਖ ਰਿਹਾ ਗੁਰਜੰਟ ਸਿੰਘ ਤਾਜੋ ਕੇ ਉਹ ਆਪਣਾ ਫੋਨ ਅਟੈਂਡ ਕਰ ਲਏ ਜੱਗਾ ਪੱਤਰਕਾਰ ਜੀ ਸਾਡੇ ਦਰਮਿਆਨ ਪੁੱਜੇ ਹੋਏ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ 365.com ਦੇ ਨਾਲ ਜੁੜੇ ਹੋਏ ਹੈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਗੁਰਪ੍ਰੀਤ ਬੱਬੂ ਪੁਰਾਣੇ ਕਿਹਨੂੰ ਭਾਈ ਘਰੇ ਸੱਦੀ ਜਾਂਦੇ ਆ ਘਰੇ ਪਹੁੰਚੇ ਗੁਰੂ ਕਿਰਪਾ ਸਟੂਡੀਓ ਜੋਗਾ ਤੇ ਪੱਖੋ ਇਹਨਾਂ ਦਾ ਸਾਂਝਾ ਪ੍ਰੋਗਰਾਮ ਹੈ ਇਹਨਾਂ ਦੀ ਜਿਹੜੀ ਦੁਕਾਨ ਹੈ ਮੇਰੇ ਵੀਰੋ ਜੋਗੇ ਦੇ ਪੱਖੋ ਦੋਨੇ ਦੁਕਾਨ ਅੱਡਿਆਂ ਦੇ ਉੱਪਰ ਹੈ ਜੇ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ ਕਬੱਡੀ ਕੱਪ ਹੋਵੇ ਤਾਂ ਇਹਨਾਂ ਨੂੰ ਯਾਦ ਕਰੋ ਗੁਰੂ ਕਿਰਪਾ ਸਟੂਡੀਓ ਜੋਗਾ ਪੱਖੋ ਦੋ ਮਿੰਟ ਗਰਾਊਂਡ ਦੇ ਵਿੱਚ ਆ ਗਈਆਂ ਲੈ ਵੀ ਗੋਲਡੀ ਤੂੰ ਪਹਿਲਾਂ ਦੱਸ ਦੇ ਵੀ ਪੁਆਇੰਟ ਕਿੰਨੇ ਦੇਣੇ ਆ ਹੈਲੋ ਕਿਉਂਕਿ ਚੋਟੀ ਦਾ ਮੈਚ ਆ ਬੈਸਟ ਆ ਮਾਤੇ ਡਿਊਟੀ ਲਾਤੀ ਬਾਈ 14.5 ਪੁਆਇੰਟ ਨੇ ਜੀ ਇੱਕ ਬੇਨਤੀ ਹੈ ਬਾਈ ਜੀ ਕੋਈ ਪਾਣੀ ਵਾਲਾ ਕੈਂਪਰ ਸਾਡਾ ਭਰਾ ਇੱਧਰ ਉੱਧਰ ਲੈ ਗਿਆ ਜੇ ਕੋਈ ਲੈ ਕੇ ਕਿਰਪਾ ਕਰਾ ਤਾਂ ਕੈਂਪਰ ਖਾਲੀ ਮੋੜ ਦਿਓ